पास जो राह ही बंद कर दोगे साडा किसी पास जाने का। श्रोमणी कमेटी करप्ट किया गया, साडे गुरु घर के प्रबंधों खराब किया गया, उत्थे आप खुदरियां करने वाले लोग बैठे ने। असी वोटों की डिमांड की है, सरकार वोटा पवावे, सिख वोटा पाउन, सिख अपनी मर्जी की वो धिर चुन लैन जिहड़ी धिर उन्होंने लगता है भी गुरद्वारा प्रबंध ठीक सामभ सकते। इंडियन डेमोक्रेसी दे विच साडा कोई शेयर नहीं है, सानू उत्थे कोई स्पेस नहीं मिलती, पर जिहड़ी साडी अपनी संस्था है सिखां जिहदे विच किसी होर दी इनवॉल्वमेंट नहीं, उहदी इलैक्शन रोक के साडा डेमोक्रेटिक हक जिहड़ा खोया गया। डेमोक्रेसी दे डिक्टेटरशिप दे विच इन्ना ही फर्क है कि डिक्टेटरशिप दे विच इक धिर कब्ज हो जाती, उह थल्ले उतरदी नहीं जिन्ना चिर कोई पावरफुल धिर उहनूं लावे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੰਮ੍ਰਿਤਪਾਲ ਸਿੰਘ, ਜਥੇਬੰਦੀ ਵਾਰਸ ਪੰਜਾਬ ਦੇ ਮੁੱਖ ਸੇਵਾਦਾਰ ਦੇ ਅਹੁਦੇ ਵਜੋਂ ਅਹੁਦਾ ਸੰਭਾਲਿਆ। ਤੁਸੀਂ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਵਿਸ਼ਾ ਇਹ ਹੈ ਵੀ ਕੱਲ੍ਹ ਨੂੰ ਜਿਹੜਾ ਇਕੱਠ ਕਰਨਾ ਹੈ ਅਸੀਂ ਦਰਬਾਰ ਸਾਹਿਬ ਦੇ ਸਾਹਮਣੇ ਕੰਪਲੈਕਸ ਦੇ ਵਿੱਚ, ਜਿਹੜੀ ਇੰਡੀਆ ਕਲੇਮ ਕਰਦਾ ਵੀ ਇਹ ਲਾਰਜੈਸਟ ਡੈਮੋਕ੍ਰੇਸੀ ਹੈ ਸੰਸਾਰ ਦੇ ਵਿੱਚ, ਅਤੇ ਜਮਹੂਰੀਅਤ ਦਾ ਅਰਥ ਹੀ ਹੈ ਵੀ ਜਿਹ 'ਚ ਲੋਕਾਂ ਦੀ ਰਾਏ ਪੁੱਛੀ ਜਾਵੇ, ਇੱਕ ਸਿਸਟਮ ਬਣਿਆ ਹੁੰਦਾ ਇੰਨੇ ਸਾਲ ਬਾਅਦ ਵੋਟਾਂ ਪੈਣੀਆਂ। ਡੈਮੋਕ੍ਰੇਸੀ ਦੇ ਡਿਕਟੇਟਰਸ਼ਿਪ ਦੇ ਵਿੱਚ ਇੰਨਾ ਹੀ ਫਰਕ ਹੈ ਵੀ ਡਿਕਟੇਟਰਸ਼ਿਪ ਦੇ ਵਿੱਚ ਇੱਕ ਧਿਰ ਕਬਜ਼ ਹੋ ਜਾਂਦੀ, ਉਹ ਥੱਲੇ ਉਤਰਦੀ ਨਹੀਂ ਜਿੰਨਾ ਚਿਰ ਕੋਈ ਪਾਵਰਫੁਲ ਧਿਰ ਉਹਨੂੰ ਲਾਵੇ ਨਾ। ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਓਪੀਨੀਅਨ ਮੈਟਰ ਕਰਦੀ ਹੈ। ਸੋ ਸਾਡੀ ਪ੍ਰੋਬਲਮ ਇਹ ਹੈ ਵੀ ਸਿੱਖਾਂ ਦੀ ਗੁਲਾਮੀ ਦੀ ਇੰਤਹਾ ਇਹ ਹੋ ਗਈ ਹੈ ਵੀ ਸਾਡੀ ਜਿਹੜੀ ਇੱਕੋ ਇੱਕ ਸੰਸਥਾ ਜਿਹੜੀ ਬਚੀ ਹੈ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਸਾਡਾ ਕੋਈ ਸ਼ੇਅਰ ਨਹੀਂ ਹੈਗਾ, ਸਾਨੂੰ ਉੱਥੇ ਕੋਈ ਸਪੇਸ ਨਹੀਂ ਮਿਲਦੀ, ਪਰ ਜਿਹੜੀ ਸਾਡੀ ਆਪਣੀ ਸੰਸਥਾ ਹੈ ਸਿੱਖਾਂ ਦੀ ਜਿਹਦੇ 'ਚ ਕਿਸੇ ਹੋਰ ਦੀ ਇਨਵੋਲਵਮੈਂਟ ਨਹੀਂ, ਉਹਦੀ ਇਲੈਕਸ਼ਨ ਰੋਕ ਕੇ ਸਾਡਾ ਡੈਮੋਕ੍ਰੇਟਿਕ ਹੱਕ ਜਿਹੜਾ ਖੋਇਆ ਗਿਆ। ਸੋ ਇੱਕ ਪਾਸੇ ਜੇ ਕਲੇਮ ਕਰਨਾ ਵੀ ਅਸੀਂ ਡੈਮੋਕ੍ਰੇਸੀ ਨੂੰ ਰਿਸਪੈਕਟ ਕਰਦੇ ਹਾਂ ਅਤੇ ਸਾਰਿਆਂ ਨੂੰ ਡੈਮੋਕ੍ਰੇਟਿਕ ਹੋਣਾ ਚਾਹੀਦਾ, ਜੇ ਕੋਈ ਬੰਦਾ ਡੈਮੋਕ੍ਰੇਸੀ ਤੋਂ ਬਾਹਰ ਜਾਂਦਾ ਉਹਨੂੰ ਰੈਡੀਕਲ ਕਹਿੰਦੇ ਆ ਲੋਕ ਇੱਥੇ, ਪਰ ਦੂਜੇ ਪਾਸੇ ਜਦੋਂ ਤੁਸੀਂ ਰਾਹ ਹੀ ਬੰਦ ਕਰ ਦਿਓਗੇ ਸਾਡਾ ਕਿਸੇ ਪਾਸੇ ਜਾਣ ਦਾ। ਸ਼੍ਰੋਮਣੀ ਕਮੇਟੀ ਨੂੰ ਕਰਪਟ ਕੀਤਾ ਗਿਆ, ਸਾਡੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਖਰਾਬ ਕੀਤਾ ਗਿਆ, ਉੱਥੇ ਆਪ ਖੁਦਰੀਆਂ ਕਰਨ ਵਾਲੇ ਲੋਕ ਬੈਠੇ ਨੇ, ਉਹ ਉੱਥੇ ਉਹੋ ਜਿਹੇ ਕੰਮ ਕਰਦੇ ਨੇ ਜਿਹੜੇ ਗੁਰੂ ਸਿਧਾਂਤ ਤੋਂ ਬਿਲਕੁਲ ਉਲਟ ਨੇ। ਸੋ ਸਾਡੇ ਕੋਲ ਇੱਕ ਰਾਹ ਸੀ ਵੀ ਅਸੀਂ ਵੋਟਾਂ ਦੀ ਡਿਮਾਂਡ ਕੀਤੀ ਹੈ, ਸਰਕਾਰ ਵੋਟਾਂ ਪਵਾਵੇ, ਸਿੱਖ ਵੋਟਾਂ ਪਾਉਣ, ਸਿੱਖ ਆਪਣੀ ਮਰਜ਼ੀ ਦੀ ਉਹ ਧਿਰ ਚੁਣ ਲੈਣ ਜਿਹੜੀ ਧਿਰ ਉਹਨਾਂ ਨੂੰ ਲੱਗਦਾ ਹੈ ਵੀ ਗੁਰਦੁਆਰਾ ਪ੍ਰਬੰਧ ਠੀਕ ਸਾਂਭ ਸਕਦੀ ਹੈ। ਪਰ ਹੁਣ ਹੋ ਕੀ ਰਿਹਾ ਵੀ ਸਰਕਾਰ ਇੱਕ ਧਿਰ ਨਾਲ ਸਮਝੌਤਾ ਕਰਕੇ ਬੈਠ ਗਈ ਹੈ ਇੰਡੀਆ ਦੀ ਹਕੂਮਤ, ਕਿਉਂਕਿ ਉਹਨਾਂ ਦੇ ਉਹ ਇੱਕ ਤਰੀਕੇ ਨਾਲ ਗੋਲੇ ਬਣ ਕੇ ਵਿਚਰ ਰਹੇ। ਉਸ ਤੋਂ ਬਾਅਦ 'ਚ ਜਦੋਂ ਇਲੈਕਸ਼ਨ ਨਹੀਂ ਹੋ ਰਹੀਆਂ ਅਤੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਰੋਜ਼ ਦੀ ਰੋਜ਼ ਖਰਾਬ ਹੋ ਰਿਹਾ, ਪੰਜਾਬ ਦੇ ਵਿੱਚ ਸਿੱਖਾਂ ਦਾ ਕਨਵਰਜਨ ਵੱਡੇ ਪੱਧਰ 'ਤੇ ਹੋ ਰਿਹਾ, ਸ਼੍ਰੋਮਣੀ ਕਮੇਟੀ ਕੁਛ ਨਹੀਂ ਕਰ ਰਹੀ। ਜਦੋਂ ਪਾਵਰ 'ਚ ਸੀ ਪੰਜਾਬ ਦੇ ਵਿੱਚ ਬਾਦਲ, ਉਦੋਂ ਸ਼੍ਰੋਮਣੀ ਕਮੇਟੀ ਚੁੱਪ ਬੈਠੀ ਰਹੀ ਆ, ਅੱਜ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਵੀ ਉਹ ਡਰਾਮਾ ਕਰ ਰਹੇ ਆ, ਕਦੀ ਕਾਲੇ ਚੋਲੇ ਪਾ ਕੇ ਤੁਰ ਪੈਂਦੇ, ਕਦੀ ਸੰਗਲ ਪਾ ਕੇ ਤੁਰ ਪੈਂਦੇ ਆ। SGPC ਬਹੁਤ ਵੱਡੀ ਪਾਵਰਫੁਲ ਸੰਸਥਾ ਹੈ, ਜੇ ਇਹਨਾਂ ਦੇ ਪ੍ਰਧਾਨ ਗਲਾਂ 'ਚ ਸੰਗਲ ਪਾ ਕੇ ਤੁਰੇ ਫਿਰਦੇ ਆ, ਇਹ ਸ਼ਰਮ ਆਉਣੀ ਚਾਹੀਦੀ ਹੈ ਸਿੱਖਾਂ ਵਾਸਤੇ। ਸ਼ਰਮ ਵਾਲੀ ਗੱਲ ਹੈ ਵੀ ਜਦੋਂ ਤੁਹਾਡੇ ਕੋਲ ਇੱਕ ਪ੍ਰੋਪਰ ਸਟਰਕਚਰ ਬਣਿਆ ਤੁਸੀਂ ਉਹਨੂੰ ਵਰਤਣ ਦੀ ਬਜਾਏ ਅਤੇ ਤੁਸੀਂ ਪਖੰਡ ਕਰਦੇ ਪਏ ਤੋ ਸੜਕਾਂ 'ਤੇ ਜਾ। ਸੋ ਇੱਕ ਤਾਂ ਜੇ ਇਹ ਮੰਨਦੇ ਨੇ ਵੀ ਇੰਡੀਅਨ ਸਟੇਟ ਡੈਮੋਕ੍ਰੇਸੀ ਨਹੀਂ ਰਹੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਕੀਤਾ ਪ੍ਰਦਰਸ਼ਨ ਕਰਦੇ, ਤਾਂ ਉਹਨਾਂ ਨੂੰ ਜਿਹੜੀ ਘੱਟੋ ਘੱਟ ਜਿਹੜੀ SGPC ਦੀ ਡੈਮੋਕ੍ਰੇਟਿਕ ਵੈਲਿਊਜ਼ ਆ ਨਾ, ਉਹਨਾਂ ਨੂੰ ਰਿਵਾਈਵ ਕਰਨ ਵਾਸਤੇ ਇਲੈਕਸ਼ਨ ਦੀ ਮੰਗ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ, ਅਤੇ ਸਾਨੂੰ ਇਹ ਹੱਕ ਹੋਣਾ ਚਾਹੀਦਾ ਵੀ ਅਸੀਂ ਆਪਣੀ ਜਿਹੜੀ ਕੰਸਟੀਟਿਊਸ਼ਨ ਰਾਈਟ ਆ ਇਹਨੂੰ ਪ੍ਰੈਕਟਿਸ ਕਰ ਸਕੀਏ, ਅਤੇ ਆਪਣੀ ਜਿਹੜੀ SGPC ਹੈ ਇਹਦਾ ਪ੍ਰਬੰਧ ਸਿੱਖਾਂ ਦੇ ਹੱਥ 'ਚ ਆ ਸਕੇ। ਗੁਰੂ ਘਰਾਂ ਦਾ ਕਿਵੇਂ ਆ ਸਕਦਾ ਤੁਹਾਨੂੰ ਯੰਗ ਬਲੱਡ ਜੇ ਨਵੀਂ ਸੋਚ ਜੇ ਤੁਸੀਂ ਰੱਖਦੇ ਡੈਮੋਕ੍ਰੇਟਿਕ, ਤੁਸੀਂ ਗੱਲ ਕੀਤੀ ਸ਼੍ਰੋਮਣੀ ਕਮੇਟੀ ਨੂੰ, ਤਾਂ ਅਸੀਂ ਆਜ਼ਾਦ ਕਰਾ ਲਾਂਗੇ, ਇਲੈਕਸ਼ਨ ਹੋ ਗਈ ਆ, ਹੋ ਸਕਦਾ ਬੜੇ ਅੱਛੇ ਅੱਛੇ ਹੋਰ ਲੋਕ ਜਿਹੜੇ ਆ ਜਾਣ ਅਤੇ ਗੁਰਦੁਆਰੇ ਪ੍ਰਬੰਧ ਸੰਭਾਲਣ, ਲੇਕਿਨ ਜਿਹੜੀ ਸਰਕਾਰਾਂ ਦੇ ਵਿੱਚ ਸਾਡਾ ਕੋਈ ਸਥਾਨ ਨਹੀਂ ਹੈਗਾ, ਉਹਦੇ ਲਈ ਤੁਸੀਂ ਯੰਗ ਜਨਰੇਸ਼ਨ ਕੀ ਕਰੋਗੇ ਉੱਥੇ ਵੀ ਆਪਣਾ ਸਥਾਨ ਬਣਾਉਣ ਲਈ, ਤਾਂ ਕਿ ਅਸੀਂ ਆਪਣੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾ ਸਕੀਏ, ਆਪਣੇ ਪਾਣੀਆਂ ਦੀ ਗੱਲ ਕਰ ਸਕੀਏ, ਆਪ ਚੰਡੀਗੜ੍ਹ ਨੂੰ ਦਵਾ ਸਕੀਏ, ਯੂਨੀਵਰਸਿਟੀਆਂ ਦੀ ਗੱਲ ਕਰ ਸਕੀਏ, ਹੋਰ ਪੰਜਾਬ ਦੇ ਹੱਕ ਜਿਹੜੇ ਦਵਾ ਸਕੀਏ ਉਹਦੇ ਵਾਸਤੇ। ਦੇਖੋ ਜਿੱਦਾਂ ਮਾਨ ਸਾਹਿਬ ਨੇ ਅੱਗੇ ਉਹ ਕਲੀਅਰ ਕੀਤਾ ਗੱਲ ਵੀ ਸਿੱਖਾਂ ਨੂੰ ਜਦੋਂ ਹਿੰਦੁਸਤਾਨ ਦੇ ਵਿੱਚ ਸਿੱਖ ਆਏ ਨੇ 1947 ਤੋਂ ਬਾਅਦ, ਉਹ ਤੋਂ ਬਾਅਦ ਸਾਡੀ ਨਾ ਤਾਂ ਕੋਈ ਮੰਗ ਪੂਰੀ ਕੀਤੀ ਗਈ, ਸਾਡੇ ਨਾਲ ਧੱਕੇ ਹੀ ਹੋਏ ਆ। ਹੁਣ ਇੱਕ ਪਾਸੇ ਤੁਸੀਂ ਦੁਨੀਆ ਭਰ 'ਚ ਢਿਡੋਰਾ ਪਿੱਟਣਾ ਡੈਮੋਕ੍ਰੇਸੀ ਦਾ, ਦੂਜੇ ਪਾਸੇ ਸਾਡੀ ਓਪੀਨੀਅਨ ਮੈਟਰ ਨਹੀਂ ਕਰਦੀ ਹੈ। ਇੱਥੇ ਤਾਂ ਸਿਸਟਮ ਇਹ ਆ ਵੀ ਪਾਵਰ ਇੰਨੀ ਸੈਂਟਰਲਾਈਜ਼ ਹੋ ਗਈ ਆ ਇੰਡੀਆ ਦੀ ਇਸ ਵੇਲੇ ਵੀ ਇੱਥੇ ਸਟੇਟ ਦੇ ਕੋਲ ਕੋਈ ਪਾਵਰ ਨਹੀਂ। ਸੋ ਅਸੀਂ ਤਾਂ ਸੋਵਰਨਿਟੀ ਦੀ ਜਿਹੜੀ ਲੜਾਈ ਉਹ ਤਾਂ ਲੜ ਹੀ ਰਹੇ ਹਾਂ, ਉਹ ਲੜਾਈ ਦੀਆਂ ਬਹੁਤ ਧਾਰਾਵਾਂ ਹੁੰਦੀਆਂ ਹੈ,
डेमोक्रेसी दे विच रह के लड़ रहे हैं असीं अज दे समें दे विच। पर मान साहब ने जिवें कहा है दुनिया भर दे विच आम स्ट्रगल भी चल रही ने, यूएन उन्होंने रैकोगनाइज भी करता है। वह क्यों करता है? क्योंकि जदों एक डेमोक्रेसी डिक्टेटरशिप का रूप अख्तियार कर जाती है वो जो डेमोक्रेसी रही नहीं उहदे नाल लड़न दे तरीके भी बदल जाते। जिवें अंग्रेजां ने, अंग्रेज तो डेमोक्रेटिक तरीके नाल नहीं सी रह रहे, बेशक इलैक्शन भी हुंदियां सारा कुछ हुंदा सी, उहदे नाल लड़न का तरीका जिहड़ा सी उह दूजा भी रहा। वो आम स्ट्रगल भी चली अंग्रेजों के खिलाफ, बब्बर अकाली लहर भी चली है। सो इस करके ये हुकूमत को वेखना चाहिए बाद च ये ढंडोरा पिटना कि इत्थे जी माहौल खराब हो गया, किसी ने कहा सी माहौल खराब हो जूगा। अज पंजाब दे विच हर पिंड दे विच 10-20 नौजवान नशे नाल मर गए, ड्रग जेनोसाइड सिखां दा चल रहा, वह माहौल खराब नहीं है? इन्ने क नौजवान साढ़े गोली नाल मारे जाते उस मौके उत्ते। सो इस करके हालात पंजाब दे बद तो बदतर हो रहे दिनों दिन, तो असी डेस्परेट हाँ बहुत ज़्यादा कुछ ना कुछ करने लई। सरकार नूं हुकूमत नूं इह वेखना चाहिए है बाद च सिखां दे, देखो जिहड़ी बंदी जिहड़ी कौम गुलाम होवे ना उहदे उत्ते कदी भी इह दोष नहीं जांदा भी उहनां स्ट्रगल दा किहड़ा राह फड़ना है, ये दोष जांदा जालम धिर दे उत्ते भी उहनां नूं किहड़े राह पाउणा है। जे मसा रंगड़ दरबार साहिब आड़ के बैठ गया सी ते मसे रंगड़ नूं वोटां नाल बाहर ते कढ़िया नहीं सी जा सकदा, उहदी धौण दौणी पई सिखां ने लाह दित्ती। सो सरकार वेखे, हुकूमत वेखे भी सिखां नूं किहड़े राह ते तोरना है। सानूं ना इह पुछ, मीडिया वाले ने बेनती है जिहड़ी धिर पिंजरे च पई है उहनूं ना पुछो भी तुसीं बाहर किद्दां आउणा, जिहड़ी धिर सानूं बाहर कढ़न दा पोटेंशियल रखदी उहनूं सवाल करो भी इन्हां सिखां नाल इन्ने लंबे समें तों धक्का कीता क्यों जा रिहा। सो इस करके बेनती है, दुनिया भर दे विच फ्रीडम स्ट्रगल चल रही है, पलस्तीन दी चल रही है, होर दुनिया भर दे विच चल रही है। कोई बंदा पलस्तीनियों नूं सवाल करन दी जरूरत नहीं करता कि तुसीं किहड़े राह नाल फ्रीडम अपनी आजादी लओगे, क्योंकि जिहड़ी फ्रीडम है इहदी कीमत एड्डी वड्डी है कि इहदे लई कोई विराग तैयार कीता जा सकदा। सो ये तो जे डेमोक्रेसी हैगी है इंडिया स्टिल, जे बिलीव करते भी असी डेमोक्रेसी हाँ, इन्हों चाहिए। हुण तो खालिस्तान मैंडेट भी मिल गई है, संगरूर च लोगों ने मैंडेट दी है बड़ी मजोरिटी ने खालिस्तान में, हुण खालिस्तान कोई क्राइम नहीं, सॉवरनिटी का आइडिया बहुत सेक्रड आइडिया, एक क्राइम नहीं है कोई भी। दुनिया के उत्ते जिहड़ी कौम को अपना कल्चर है, अपना धर्म है, अपनी बोली है, पहरावा है, खाण पीन है, अपना इलाका है जिन्हें राज किया, उन्हां कोल राज का सुपना लैण का भी अधिकार ना हो। असी राज दा सुपना भी लेने तो राज नूं प्रैक्टिस दे विच भी लियाउणा, असी चाहुंदे आ भी ये डेमोक्रेटिक तरीके नाल हो जाए। तोड़ विछोड़ा दोवां भरावां च हो जांदा ना, दो भरा इकट्ठे रहिंदे ने घर दे विच, बज वंडी पै जांदी है। सो जिहड़ा तोड़ विछोड़ा भी है असी ये चाहुंदे आ भी वह प्यार मुहब्बत नाल होवे, डेमोक्रेटिक तरीके नाल हो जाए। पर ये बेसिकली इंडियन स्टेट ने डिसाइड करना है ਵੀ ਸਿੱਖਾਂ ਨੂੰ ਕਿਹੜੇ ਰਾਹ ਤੇ ਤੋਰਨਾ ਹੈ, ਨੌਜਵਾਨੀ ਨੂੰ ਕਿਹੜੇ ਰਾਹ ਤੇ ਤੋਰਨਾ ਹੈ। ਕਾਲੇ ਕੱਪੜੇ ਪਾ ਕੇ ਜਾਂ ਚੋਲੇ ਪਾ ਕੇ ਲਿਆ ਸੀ ਕਿਸੇ ਨੇ ਪ੍ਰੋਟੈਸਟ ਕੀਤਾ ਆ, ਉਹ ਉਹਨਾਂ ਨੂੰ ਵਾਜਿਬ ਨਹੀਂ ਲੱਗਦਾ ਪਿਆ ਸੀ, ਕਿਉਂਕਿ ਜਿਸ ਸਟੇਜ ਤੇ ਉਹ ਬੈਠੇ ਹੋਏ ਨੇ ਉਹਨਾਂ ਨੂੰ ਨਹੀਂ ਵਾਜਿਬ ਲੱਗਦਾ। ਕੀ ਲੱਗਦਾ ਹੈ ਕਿ ਸੁਖਬੀਰ ਬਾਦਲ ਦੀ ਕੁਰਸੀ ਨੂੰ ਦੁਬਾਰਾ ਤੋਂ ਬਚਾਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ? ਨਹੀਂ, ਜੇ ਤੇ ਉਹਨਾਂ ਨੇ ਇਹ ਕੰਮ ਪਹਿਲਾਂ ਕੀਤੇ ਹੁੰਦੇ ਜਦੋਂ ਪਾਵਰ 'ਚ ਸੀ, ਫਿਰ ਤੇ ਅਸੀਂ ਸਮਝਦੇ ਵੀ ਚਲੋ ਉਹਨਾਂ ਦੇ ਵਿੱਚ ਵਾਕਿਆ ਦਿਲ ਦੇ ਵਿੱਚ ਕੋਈ ਹੈਗੀ ਆ। ਹੋ ਸਕਦਾ ਐਸ ਜੀ ਪੀ ਸੀ ਜਿਹੜੇ ਵਰਕਰਸ ਆ ਉਹਨਾਂ ਦੇ ਦਿਲ ਦੇ ਵਿੱਚ ਵਾਕਿਆ ਹੀ ਆਉਂਦਾ ਹੋਵੇ, ਕਿਉਂਕਿ ਉਹ ਵੀ ਮਜਬੂਰ ਆ ਆਪਣੀ ਨੌਕਰੀ ਪੇਸ਼ੇ ਤੋਂ। ਪਰ ਜਿਹੜੇ ਲੀਡਰ ਆ ਐਸ ਜੀ ਪੀ ਸੀ ਦੇ, ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਬੰਦੀ ਸਿੰਘ ਕਿੱਥੇ ਨੇ, ਬੰਦੀ ਸਿੰਘ ਤਾਂ 30 ਸਾਲਾਂ ਤੋਂ ਬੰਦ ਨੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਪੰਜਾਬ ਦੇ ਵਿੱਚ ਐਡਾ ਵੱਡੇ ਪੱਧਰ 'ਤੇ ਕਨਵਰਜਨ ਚੱਲ ਰਿਹਾ, ਇੱਥੇ ਮਾਝੇ ਦੇ ਵਿੱਚ ਹੀ ਕਨਵਰਜਨ ਹੋ ਰਿਹਾ ਨਾ, ਇੱਥੇ ਐਸ ਜੀ ਪੀ ਸੀ ਲਾਗੇ ਬੈਠੀ ਹੈ, ਇਹਨਾਂ ਕੋਲ ਜਿਹੜੇ ਰਿਸੋਰਸਿਸ ਆ ਇਹਨਾਂ ਦੇ, ਤੁਸੀਂ ਕਿਸੇ ਕਾਲਜ 'ਚ ਚਲ ਜਾਓ, ਸਿੱਖਾਂ ਦੇ ਬਣਾਏ ਹੋਏ ਕਾਲਜ ਦੇ ਵਿੱਚ ਉੱਥੇ ਹਿੰਦੀ ਬੋਲੀ ਜਾਂਦੀ, ਉੱਥੇ ਪੰਜਾਬੀ ਨੂੰ ਕੋਈ ਥਾਂ ਨਹੀਂ ਹੈ। ਸੋ ਇਸ ਕਰਕੇ ਚੀਜ਼ਾਂ ਬਹੁਤ ਨੇ ਜਿਹੜੀਆਂ ਗਣੀਆਂ ਜਾ ਸਕਦੀਆਂ ਨੇ। ਜਦੋਂ ਅੱਜ ਜੇ ਅਕਾਲੀ ਦਲ ਦੀ ਗੱਲ ਹੈ, ਪਹਿਲੀ ਗੱਲ ਤਾਂ ਪੰਥ ਨੂੰ ਮੈਂ ਇਹ ਗੱਲ ਕਲੀਅਰ ਕਰਾਂ, ਅਕਾਲੀ ਦਲ ਕਿਸੇ ਦਾ ਬੈ ਲਿਆ ਨਹੀਂ ਹੈਗਾ, ਕਿਸੇ ਨੇ ਖਰੀਦ ਨਹੀਂ ਲਿਆ ਅਕਾਲੀ ਦਲ, ਅਕਾਲੀ ਦਲ ਇੱਕ ਵਿਚਾਰਧਾਰਾ। ਜਿਹੜਾ ਵੀ ਬੰਦਾ ਅਕਾਲ ਪੁਰਖ ਦੇ ਭਾਣੇ 'ਚ ਰਹਿ ਕੇ ਸਿੱਖ ਸਿਆਸਤ ਕਰੂਗਾ ਉਹੋ ਹੀ ਅਕਾਲੀ ਹੈ। ਸੋ ਇਸ ਕਰਕੇ ਕਈ ਬੰਦੇ ਕਹਿੰਦੇ ਨੇ ਵੀ ਅਕਾਲੀ ਦਲ ਬਾਦਲਾਂ ਨੂੰ ਯਾਦ ਕਰਾਉਣਾ, ਕਿਉਂ ਯਾਦ ਕਰਾਉਣਾ? ਸਾਡੇ ਕੋਲ ਅਕਾਲੀ ਦਲ ਅੰਮ੍ਰਿਤਸਰ ਹੈਗਾ, ਜਿਹੜੇ ਬੰਦੇ ਬਾਦਲਾਂ 'ਚ ਜਿੰਨਾ ਦਮ ਘੁੱਟ ਰਿਹਾ ਨਾ, ਅਤੇ ਜੇ ਉਹ ਸੱਚੇ ਆ, ਜੇ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤੇ, ਉਹ ਆਉਣ ਸਾਡੇ ਨਾਲ ਬੈਠਣ, ਉਹਨਾਂ ਨੂੰ ਅਸੀਂ ਦੱਸੀਏ ਵੀ ਅਕਾਲੀ ਦਲ ਜਿਵੇਂ ਦਮਦਮੀ ਟਕਸਾਲ ਹੈ, ਐਗਜ਼ਾਮਪਲ ਹੈ, ਜਦੋਂ ਸੰਤ ਕਰਤਾਰ ਸਿੰਘ ਨੂੰ ਗੱਦੀ ਮਿਲੀ ਹੈ, ਵਿਰੋਧ ਹੋਇਆ, ਉਹ ਮਹਿਤੇ ਆ ਗਏ, ਮਹਿਤੇ ਆ ਕੇ ਉਹਨਾਂ ਟਕਸਾਲ ਖੋਲ੍ਹੀ, ਟਕਸਾਲ ਮਹਿਤੇ ਦੀ ਵੱਜਣ ਲੱਗ ਪਈ। ਸੋ ਇਸ ਕਰਕੇ ਕਿਉਂਕਿ ਸੱਚ ਉਹਨਾਂ ਦੇ ਨਾਲ ਸੀ, ਅਤੇ ਟਕਸਾਲ ਜਿੱਥੇ ਸੰਤ ਗਏ ਉੱਥੇ ਟਕਸਾਲ ਹੋ ਗਈ। ਹੁਣ ਜਿਹੜੀ ਅਕਾਲੀ ਦਲ ਦੀ ਗੱਲ ਹੈ, ਅਕਾਲੀ ਦਲ ਦੀ ਡੈਫੀਨੇਸ਼ਨ ਹੀ ਹੈ ਵੀ ਸਿੱਖ ਪੋਲੀਟਿਕਸ, ਜਿਹੜੀ ਅਕਾਲੀ ਪੋਲੀਟਿਕਸ ਹੈ, ਜਿਹੜਾ ਬੰਦਾ ਉਹ ਕਰੂਗਾ ਅਕਾਲੀ ਦਲ ਉਹਦਾ ਹੈ, ਅਕਾਲੀ ਦਲ ਦੀ ਸੇਵਾ ਉਹ ਕਰੂਗਾ। ਸੋ ਜਿਹੜੇ ਬੰਦੇ ਅੱਜ ਕਹਿ ਰਹੇ ਨੇ ਬਾਦਲਾਂ ਨੂੰ ਛੁਡਾ ਲੈਣਾ, ਇਹਨਾਂ ਨੂੰ ਕੋਈ ਲੋੜ ਨਹੀਂ ਛੁਡਾਉਣ ਦੀ, ਬਾਦਲਾਂ ਨੇ ਆਪਣੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਅਨਾਊਂਸ ਕਰਤਾ, ਉਹਨਾਂ ਨੇ ਉਹਨਾਂ ਨੂੰ ਸਿੱਖ ਪਾਰਟੀ ਨਹੀਂ ਰਹਿਣ ਦਿੱਤਾ, ਉਹ ਮਰਜ ਕਰ ਗਏ ਸੀ ਬੀਜੇਪੀ ਦੇ ਵਿੱਚ। ਸੋ ਸਾਨੂੰ ਅਕਾਲੀ ਦਲ ਰਿਵਾਈਵ ਕਰਨ ਦੀ ਲੋੜ ਨਹੀਂ, ਸਾਡੇ ਕੋਲ ਆਲਰੇਡੀ ਅਕਾਲੀ ਦਲ ਹੈਗਾ। ਜਿਹੜਾ ਅਕਾਲੀ ਦਲ ਸਾਡੇ ਕੋਲ ਹੈ ਉਹ ਅਕਾਲੀ ਦਲ ਮਾਡਰਨ ਅਕਾਲੀ ਦਲ ਹੈ, ਉਹ ਕਿਉਂਕਿ
ਜਿਹੜਾ ਪਹਿਲੇ ਅਕਾਲੀ ਦਲ ਇਹ ਤਾਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ। ਹੁਣ ਅਸੀਂ ਇੱਕ ਕਨਕਲੂਜਨ 'ਤੇ ਪਹੁੰਚੇ ਹਾਂ 84 ਤੋਂ ਬਾਅਦ 'ਚ ਵੀ ਸਾਡਾ ਹਿੰਦੁਸਤਾਨ ਦੇ ਨਾਲ ਰਹਿਣਾ ਪੋਸੀਬਲ ਨਹੀਂ, ਅਸੀਂ ਇੱਥੇ ਈਵਨ ਸਰਵਾਈਵ ਵੀ ਨਹੀਂ ਕਰ ਪਾ ਰਹੇ। ਇੱਕ ਤਾਂ ਉਹਨਾਂ ਨੂੰ ਤੁਸੀਂ ਥਰਾਈਵ ਨਾ ਕਰੋ, ਤੁਸੀਂ ਅੱਗੇ ਨਾ ਵੱਧ ਸਕੋ, ਤੁਸੀਂ ਵੱਧ ਫੁੱਲ ਨਾ ਸਕੋ, ਤੁਸੀਂ ਇੱਕ ਥਾਂ 'ਤੇ ਸਟੇਬਲ ਰਹੋ ਉਹ ਵੀ ਠੀਕ ਹੈ। ਅਸੀਂ ਇੱਥੇ ਦਿਨੋਂ ਦਿਨ ਨਿਘਾਰ 'ਚ ਜਾ ਰਹੀ ਹੈ ਸਾਡੀ ਕੌਮ, ਸਾਡੀ ਨੌਜਵਾਨੀ ਛੱਡ ਕੇ ਜਾ ਰਹੀ ਹੈ। ਸੋ ਇਸ ਅਕਾਲੀ ਦਲ ਕੋਲ ਜਿਹੜੀ ਅਪਡੇਟਡ ਨੀਤੀ ਹੈ ਜਿਹੜੀ ਅੱਜ ਦੇ ਸਮੇਂ 'ਚ ਸਿੱਖਾਂ ਨੂੰ ਬਚਾ ਸਕਦੀ ਹੈ, ਅਕਾਲੀ ਦਲ ਅੰਮ੍ਰਿਤਸਰ ਕੋਲ ਜਿਹੜੇ ਵੀ ਬੰਦੇ ਅਕਾਲੀ ਪੋਲੀਟਿਕਸ ਕਰਨਾ ਚਾਹੁੰਦੇ ਆ ਇਹ ਪਲੇਟਫਾਰਮ ਹੈਗਾ। ਜੇ ਉਹ ਇਮਾਨਦਾਰ ਨੇ, ਪੰਥ ਪ੍ਰਤੀ ਸਿਹਰਦ ਨੇ, ਸੋਵਰਨਿਟੀ ਦੇ ਆਈਡੀਆ ਉੱਤੇ ਦ੍ਰਿੜ ਨੇ ਵੀ ਸੋਵਰਨਿਟੀ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ, ਉਹ ਆਉਣ, ਉਹਨਾਂ ਨਾਲ ਬੈਠਾਂਗੇ, ਬੈਠ ਕੇ ਮੀਟਿੰਗਸ ਕਰਾਂਗੇ, ਜੋ ਕੁਛ ਹੋਊਗਾ ਕਰਾਂਗੇ। ਸਵੇਰੇ ਵੀ ਉਹਨਾਂ ਨੂੰ ਸੱਦਾ ਜਿਹੜੇ ਬੰਦੇ ਆ ਨਾ, ਜੇ ਹੁਣ ਕਹਿਣਾ ਵੀ ਅਕਾਲੀ ਦਲ ਨੂੰ ਅਸੀਂ ਰਿਵਾਈਵ ਕਰਨਾ, ਰਿਵਾਈਵ ਵੀ ਕਰਨ ਦੀ ਕੋਈ ਲੋੜ ਨਹੀਂ ਹੈਗੀ, ਸਾਡੇ ਕੋਲ ਆਲਰੇਡੀ ਸਟੈਬਲਿਸ਼ ਢਾਂਚਾ ਹੈਗਾ, ਉਹਦੇ 'ਚ ਆਉਣ, ਅਸੀਂ ਉਹਨਾਂ ਦਾ ਵੈਲਕਮ ਕਰਾਂਗੇ। ਜੇ ਪਰ ਉਹ ਮਾਨਦਰ ਨੇ ਤਾਂ ਸਿਹਰਦ ਨੇ, ਰਾਜਨੀਤੀ ਕੱਲੀ ਨਾ ਕਰਨ ਵਾਸਤੇ। ਅਕਾਲੀ ਦਲ ਬਾਦਲ ਤੋਂ ਜਿਹੜਾ ਕਿ ਯੂਨੀਵਰਸਿਟੀ ਪਿਛਾਂ ਹਟਿਆ, ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜਿਆ, ਕਿਵੇਂ ਵੇਖਦੇ ਆ ਤੁਹਾਡਾ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜਨਾ? ਅਕਾਲੀ ਦਲ ਤਾਂ ਹੋਰ ਵੀ ਬੜੇ ਸੀ, ਤੁਹਾਡਾ ਕੀ ਸੀ ਮੇਨ ਮਕਸਦ? ਨਹੀਂ, ਸਾਡਾ ਮੇਨ ਮਕਸਦ ਇਹ ਹੈ ਵੀ ਯੂਥ ਜਿਹੜਾ ਹੈ ਨਾ, ਇਹਦੇ 'ਚ ਫਰੇਬ ਨਹੀਂ ਹੁੰਦਾ, ਨੌਜਵਾਨ ਫਰੇਬੀ ਨਹੀਂ ਹੁੰਦੇ ਕਦੇ ਵੀ, ਨੌਜਵਾਨਾਂ ਦਾ ਨੌਜਵਾਨ ਸੱਚ ਦੀ ਪਰਖ ਕਰ ਲੈਂਦੇ ਆ। ਸੋ ਸਾਨੂੰ ਦੇਖੋ ਭਟਕਣਾ ਪਈ ਰਹੀ ਹੈ, ਮਾਨ ਸਾਹਿਬ ਦਾ ਇੱਕ ਸਟੈਂਡ ਸੀ ਕਿ ਅਸੀਂ ਖਾਲਿਸਤਾਨ ਤੋਂ ਪਿੱਛੇ ਨਹੀਂ ਹਟਣਾ। ਸਿੱਖ ਭਟਕੇ ਬਹੁਤ ਲੰਮੇ ਸਮੇਂ ਤੱਕ, ਹਰ ਪਾਰਟੀ ਕੋਲ ਗਏ, ਸੈਕੂਲਰਿਜ਼ਮ ਦੀ ਰਾਜਨੀਤੀ ਕੀਤੀ, ਹੈਂ ਪੰਜਾਬੀ ਪੰਜਾਬੀਅਤ ਦੀ ਰਾਜਨੀਤੀ ਕੀਤੀ, ਹੁਣ ਫਿਰ ਮੁੜ ਕੇ ਰਾਜਨੀਤੀ ਪੰਥ ਵੱਲ ਆ ਰਹੀ ਹੈ। ਹੁਣ ਜਦੋਂ ਪੰਥ ਵੱਲ ਰਾਜਨੀਤੀ ਆ ਰਹੀ ਹੈ ਤਾਂ ਇਹਦਾ ਲਾਜ਼ਮ ਜੀ ਗੱਲ ਹੈ, ਬੈਨੀਫਿਟ ਉਸੇ ਬੰਦੇ ਨੂੰ ਮਿਲਣਾ ਜਿਹੜਾ ਬੰਦਾ ਆਪਣੇ ਸਟੈਂਡ 'ਤੇ ਕਾਇਮ ਰਿਹਾ। ਅਸੀਂ ਸਰਕਲ 'ਚ ਘੁੰਮ ਕੇ ਵਾਪਸ ਆ ਕੇ ਮਾਨ ਸਾਹਿਬ ਉੱਥੇ ਖੜੇ ਸੀ। ਸੋ ਇਸ ਕਰਕੇ ਜਿਹੜਾ ਅਕਾਲੀ ਦਲ ਯੂਥ ਜਿਹੜਾ ਨੌਜਵਾਨ ਨੇ ਉਹ ਇਸ ਕਰਕੇ ਉਹਨਾਂ ਨੂੰ, ਕਿਉਂਕਿ ਨੌਜਵਾਨ ਨੂੰ ਪਤਾ ਹੈ ਗੁਲਾਮੀ ਹੈ, ਨੌਜਵਾਨ ਝੱਕਦਾ ਨਹੀਂ, ਨੌਜਵਾਨ 'ਚ ਭੈ ਨਹੀਂ ਹੈਗਾ, ਡਰ ਨਹੀਂ ਹੈਗਾ। ਨੌਜਵਾਨ ਗੁਲਾਮੀ ਨੂੰ ਗੁਲਾਮੀ ਕਹਿੰਦਾ, ਉਹਨੂੰ ਕੋਈ ਪਾਲਿਸ਼ ਨਹੀਂ ਮਾਰਦਾ ਵੀ ਦੇਖੋ ਜੀ ਸਾਡੇ ਮਾੜੇ ਮੋਟੇ ਰਾਈਟਸ ਨਹੀਂ ਸਾਨੂੰ ਮਿਲ ਰਹੇ, ਸਾਨੂੰ ਆਹ ਨਹੀਂ ਮਿਲ ਰਿਹਾ। ਸਾਨੂੰ ਪਤਾ ਗੁਲਾਮੀ ਹੈ, ਗੁਲਾਮੀ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ। ਸੋ ਨੌਜਵਾਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਨਾਲ ਹੀ ਜੁੜਨਾ। ਅੰਮ੍ਰਿਤਪਾਲ ਜੀ, ਐਨ ਇੰਡੀਅਨ ਕੋਨਸਟੀਟਿਊਸ਼ਨ ਇਜ਼ ਏ ਸੋਵਰਨ ਸੋਸ਼ਲਿਸਟ ਡੈਮੋਕ੍ਰੇਟਿਕ ਸੈਕੂਲਰ ਰਿਪਬਲਿਕ। ਤੁਸੀਂ ਸੋਵਰਨਿਟੀ ਦੀ ਗੱਲ ਕਰਦੇ ਹੋ, ਰਿਪਬਲਿਕ ਦੀ ਕਰਦੇ ਹੋ, ਤੁਸੀਂ ਸੈਕੂਲਰਿਜ਼ਮ ਦੀ ਕਰਦੇ ਹੋ, ਤੁਸੀਂ ਡੈਮੋਕ੍ਰੇਸੀ ਦੀ ਕਰਦੇ ਹੋ, ਲੇਕਿਨ ਜਿਹੜੀਆਂ ਘੱਟ ਗਿਣਤੀਆਂ ਸਿੱਖ ਕੌਮ ਹੈ ਜਾਂ ਮੁਸਲਮਾਨ ਅਲੱਹਦਾ ਕੋਈ ਗੱਲ ਕਰਦੇ ਨੇ ਜਾਂ ਸਿੱਖ ਜਦੋਂ ਉਹਨੂੰ ਹੱਕ ਨਹੀਂ ਮਿਲਦੇ ਖਾਲਿਸਤਾਨ ਦੀ ਗੱਲ ਕਰਦਾ ਤਾਂ ਉਹਨਾਂ ਦੇ ਟਾਟਾ ਵਰਗੇ ਕਾਨੂੰਨ, ਹਿੰਦੂ ਅਗਰ ਇੰਡੀਆ 'ਚ ਰਹਿ ਕੇ ਉਹਨੂੰ ਹਿੰਦੁਸਤਾਨ ਗੁਰਦਾਨ ਦਾ, ਉਹ ਹਿੰਦੂਇਜ਼ਮ ਦੀ ਗੱਲ ਕਰਦਾ ਤਾਂ ਉਹਨੂੰ ਤਾਂ ਕੁਛ ਵੀ ਨਹੀਂ ਕਿਹਾ ਜਾਂਦਾ, ਸਾਨੂੰ ਅੱਤਵਾਦੀ ਕਿਹਾ ਜਾਂਦਾ। ਕੀ ਤੁਸੀਂ ਮੰਨਦੇ ਵੀ ਅਸੀਂ ਕਹਿਣ ਨੂੰ ਤਾਂ ਇਹ ਕਹਿੰਦੇ ਵੀ ਇੰਡੀਆ ਜਿਹੜਾ ਸਭ ਤੋਂ ਵੱਡਾ ਡੈਮੋਕ੍ਰੇਟਿਕ ਜਿਹੜਾ ਦੇਸ਼ ਹੈਗਾ, ਲੇਕਿਨ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਡਿਕਟੇਟਰਸ਼ਿਪ ਜਿਹੜੀ ਹੈ ਸਾਡੇ ਤੋਂ ਦੋਪੀ ਜਾ ਰਹੀ ਹੈ? ਨਹੀਂ, ਦੇਖੋ ਡੈਮੋਕ੍ਰੇਸੀ ਦਾ ਚੋਲਾ ਪਾ ਕੇ ਇੱਥੇ ਇੱਕ ਕੌਮ ਜਿਹੜੀ ਮਜੋਰਿਟੀ 'ਚ ਹੈ ਉਹਨੇ ਸੈਕੂਲਰਿਜ਼ਮ ਦੇ ਉਹਨਾਂ ਡਿਫਾਈਨ ਕਰਤਾ। ਹੁਣ ਸੈਕੂਲਰਿਜ਼ਮ ਕੀ ਹੈ? ਸੈਕੂਲਰਿਜ਼ਮ ਦਾ ਅਰਥ ਹੈ ਵੀ ਜੀਓ ਅਤੇ ਜੀਣ ਦਿਓ, ਤੁਸੀਂ ਆਪਣੀ ਵੈਲਿਊਸ, ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਹਮਕੋ ਹਮਾਰਾ ਖੂਬ, ਤੁਮਕੋ ਤੁਹਾਰਾ ਖੂਬ, ਜਦੋਂ ਸਵਾਲ ਹੈ। ਹੁਣ ਇੱਥੇ ਕੀ ਹੈ, ਮੁਸਲਮਾਨ ਗਾਂ ਖਾਂਦੇ ਨੇ, ਹਿੰਦੂ ਨਹੀਂ ਖਾਂਦੇ, ਪਰ ਪੂਰੇ ਦੇਸ਼ 'ਚ ਗਾਂ ਹੱਤਿਆ ਬੈਨ ਹੋ ਗਈ, ਗਊ ਟੈਕਸ ਸਾਨੂੰ ਦੇਣਾ ਪੈ ਰਿਹਾ, ਉਹ ਸਾਡੀ ਲੋੜ ਨਹੀਂ ਹੈਗੀ, ਉਹਨਾਂ ਦਾ ਕਰਕੇ ਦੇਣਾ ਪੈ ਰਿਹਾ। ਹੁਣ ਜੇ ਇੱਥੇ ਕੋਈ ਗਾਂ ਹੱਤਿਆ ਦੀ ਗੱਲ ਕਰਦਾ ਉਹ ਸੈਕੂਲਰਿਜ਼ਮ ਦੇ ਉਲਟ ਹੈਗੀ ਆ ਨਾ। ਸੋ ਇਸ ਕਰਕੇ ਜਿਹੜੀ ਮਜੋਰਿਟੀ ਹੈ ਉਹ ਡਿਫਾਈਨ ਕਰ ਦਿੰਦੀ ਹੈ ਵੀ ਸੈਕੂਲਰਿਜ਼ਮ ਕੀ ਹੈ। ਸਾਡੇ ਇੱਥੇ ਅਸੀਂ ਇਹ ਗੱਲ ਕਰੀਏ ਵੀ ਤੰਬਾਕੂ ਨਹੀਂ ਆਉਣਾ ਚਾਹੀਦਾ ਸ਼ਹਿਰ ਦੇ ਵਿੱਚ, ਉਹ ਕਹਿੰਦੇ ਵੀ ਇਹ ਵੀ ਸੈਕੂਲਰਿਜ਼ਮ ਦੇ ਉਲਟ ਹੈ। ਹਾਲਾਂਕਿ ਤੰਬਾਕੂ ਹਿੰਦੂ ਨੂੰ ਕੋਈ ਫਾਇਦਾ ਤਾਂ ਨਹੀਂ ਦੇ ਰਿਹਾ, ਨਾ ਕਿਸੇ ਮੁਸਲਮਾਨ ਦੇ ਲਈ ਫਾਇਦੇਮੰਦ ਹੈ, ਤੰਬਾਕੂ ਸਾਰਿਆਂ ਲਈ ਮਾੜਾ। ਸਾਡੀ ਪਵਿੱਤਰ ਨਗਰੀ ਹੈ, ਅਸੀਂ ਇਹਨੂੰ ਇੱਥੋਂ ਤੰਬਾਕੂ ਮੁਕਤ ਕਰਨਾ ਚਾਹੁੰਦੇ ਹਾਂ। ਇੱਥੇ ਜਦੋਂ ਤੰਬਾਕੂ ਲੈ ਕੇ ਆਉਂਦੇ ਆ, ਕਾਨੂੰਨ ਆਪਣਾ ਕੰਮ ਨਹੀਂ ਕਰਦਾ। ਜਦੋਂ ਕਾਨੂੰਨ ਆਪਣਾ ਕੰਮ ਨਹੀਂ ਕਰਦਾ, ਕੋਈ ਨੌਜਵਾਨ ਆਪਣੇ ਮੋਢਿਆਂ 'ਤੇ ਜ਼ਿੰਮੇਵਾਰੀ ਚੱਕ ਕੇ ਅਤੇ ਮਸਲਾ ਹੱਲ ਕਰ ਦਿੰਦਾ, ਜਿਵੇਂ ਵੀ ਕਰਦਾ, ਕਿਉਂਕਿ ਜਿੱਥੇ ਕਾਨੂੰਨ ਫੇਲ ਹੋਊਗਾ ਉੱਥੇ ਲੋਕ ਕਾਨੂੰਨ ਹੱਥ 'ਚ ਲੈਣਗੇ ਨਾ। ਹੁਣ ਉਹ ਤੋਂ ਬਾਅਦ ਇਹ ਪਿੱਟ ਸਿਆਪਾ ਪੈਂਦਾ ਵੀ ਤੁਸੀਂ ਜੀ ਸੈਕੂਲਰ ਨਹੀਂ ਹੈਗੇ, ਤੁਸੀਂ ਲੋਕਾਂ ਨੂੰ, ਅਸੀਂ ਕਦੋਂ ਕਿਸੇ ਨੂੰ ਕਿਹਾ ਵੀ ਤੁਸੀਂ ਸਾਡੇ ਇੱਥੇ ਆਓ? ਇੱਕ ਟੂਰਿਜ਼ਮ ਪਲੇਸ ਥੋੜ੍ਹੀ ਹੈ ਸਾਡੀ, ਇਹ ਸਾਡੇ ਗੁਰੂ ਦਾ ਘਰ ਹੈ, ਇਹਦੀ ਇੱਕ ਮਰਿਆਦਾ। ਹੁਣ ਕੋਈ ਬੰਦਾ ਤੰਬਾਕੂ ਲੈ ਕੇ ਤੇ ਇੰਡੀਅਨ ਸੁਪਰੀਮ ਕੋਰਟ 'ਚ ਚੱਲ ਜਾਏ, ਜੇ ਉੱਥੇ ਬੈਨ ਹੋਵੇ ਤਾਂ ਉਹ ਬਾਹਰੋਂ ਗੋਲੀ ਮਾਰ ਦੇਣਗੇ ਫੜ ਕੇ। ਇਸ ਕਰਕੇ ਇਹਨਾਂ ਨੂੰ ਜਿਹੜੀ ਸੈਕੂਲਰਿਜ਼ਮ ਦੀ ਡੈਫੀਨੇਸ਼ਨ ਹੈ, ਮਜੋਰਿਟੀ ਬਹੁਤੀ ਵਾਰ ਡਿਫਾਈਨ ਕਰਦੀ ਹੈ ਸੈਕੂਲਰਿਜ਼ਮ ਕੀ ਹੈ, ਅਤੇ ਸੈਕੂਲਰਿਜ਼ਮ ਵੇਗ ਜੀ ਟਰਮ ਹੈ ਅੱਜ ਦੇ ਸਮੇਂ 'ਚ, ਹਰ ਕੰਟਰੀ 'ਚ ਸੈਕੂਲਰਿਜ਼ਮ ਵੱਖਰਾ। ਸੋ ਇਹਨੂੰ ਆਪਾਂ ਬਹੁਤਾ ਇਸ ਟਰਮ ਨੂੰ ਵੀ ਨਾ ਜਿਹੜਾ ਇਹਦੀ ਡੈਫੀਨੇਸ਼ਨ ਦੀ ਫਰਦਰ ਐਕਸਪਲੇਨੇਸ਼ਨ ਦੀ ਲੋੜ ਹੈ, ਉਹ ਕਿਤੇ ਵਿਹਲੇ ਸਮੇਂ ਹੋਊਗੀ। ਅਸੀਂ ਸੈਕੂਲਰ ਰਾਜਨੀਤੀ ਨਹੀਂ ਕਰਦੇ, ਅਸੀਂ ਸਿੱਖ ਰਾਜਨੀਤੀ ਕਰਦੇ ਹਾਂ, ਅਤੇ ਸਿੱਖ ਹੀ ਇੱਕੋ ਇੱਕ ਸਿਧਾਂਤ ਹੈ ਦੁਨੀਆਂ 'ਤੇ ਬਾਅਦ, ਜਿਹੜਾ ਵਾਕਿਆ ਇਹ ਕਹਿੰਦਾ ਸਬੱਤ ਦਾ ਭਲਾ। ਦੁਨੀਆਂ ਦੇ ਦੂਜੀਆਂ ਕੌਮਾਂ ਕਨਵਰਜਨ ਵੱਲ ਨੂੰ ਤੁਰਦੀਆਂ ਨੇ ਜਦੋਂ ਉਹਨਾਂ ਕੋਲ ਪਾਵਰ ਹੁੰਦੀ ਹੈ। ਕੋਈ ਕਿਸੇ ਨੂੰ ਕਹਿੰਦਾ, ਹਿੰਦੂ ਕਹਿੰਦੇ ਨੇ ਵੀ ਸਿੱਖ ਸਾਡਾ ਅੰਗ ਨੇ, ਬਾਹਰ ਨੇ,
ਇਹ ਵੀ ਅਗਲੇ ਬੰਦੇ ਨੂੰ ਮਾਰਨ ਦਾ ਤਰੀਕਾ। ਹੁਣ ਮੈਂ ਕਹਿ ਦਵਾਂ ਵੀ ਤੁਹਾਡੇ ਪਿਤਾ ਦਾ ਨਾਂ ਕੁਛ ਹੋਰ ਹੈ, ਮੈਂ ਕਹਾਂ ਨਹੀਂ ਤੁਸੀਂ ਮੇਰੀ ਕੁੱਲ ਵੰਸ਼ ਚੋ, ਤੁਸੀਂ ਬਾਹਰੋਂ ਨਹੀਂ ਹੈਗੇ, ਤੁਹਾਨੂੰ ਇਹ ਚੀਜ਼ ਦਾ ਗੁੱਸਾ ਆਊਗਾ। ਮੁਸਲਮਾਨ ਕਹਿੰਦੇ ਨੇ ਵੀ ਦੁਨੀਆਂ ਦੇ ਉੱਤੇ ਹੈ ਨਾ ਸਾਰਿਆਂ ਨੂੰ ਇਸਲਾਮ 'ਚ ਆ ਜਾਣਾ ਚਾਹੀਦਾ। ਸਿੱਖ ਇੱਕ ਵਾਹਦ ਕੌਮ ਹੈ ਜਿਹੜੀ ਇਹ ਗੱਲ ਕਹਿੰਦੀ ਹੈ ਵੀ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਨਾ ਕਿਸੀ ਕਦੇ ਨੂੰ ਕਿਸੇ ਨੂੰ ਕਜਾ ਕੇ ਘਰ ਕਿਹਾ ਵੀ ਕਨਵਰਟ ਹੋ ਕੇ ਸਿੱਖੀ 'ਚ ਆ ਜਾਓ। ਜਿਹਦੇ ਮਨ 'ਚ ਤ੍ਰਿਸ਼ਨਾ ਜਾਗੀ ਆਇਆ ਉਹਨੂੰ ਵੀ ਪਰਖ ਕੇ ਮਹਾਰਾਜ ਨੇ ਕਿਹਾ ਵੀ ਜੋ ਤੋਂ ਪ੍ਰੇਮ ਖੇਲਣ ਕਾ ਜਾਓ, ਸਿਰ ਦਰਦ ਵਾਲੀ ਗਲੀ ਮੇਰੀ ਆਓ। ਉਹਨੂੰ ਵੀ ਪਰਖ ਕੇ ਵੀ ਪਹਿਲਾਂ ਸੀਸ ਮੰਗਿਆ ਤਾਂ ਫਿਰ ਸਿੱਖੀ ਦਾਤ ਬਖਸ਼ੀ, ਕੋਈ ਵਾਅਦਾ ਨਹੀਂ ਕੀਤਾ ਕਿਸੇ ਨਾਲ। ਸੋ ਇਸ ਕਰਕੇ ਅਸੀਂ ਜਿਹੜੀ ਰਾਜਨੀਤੀ ਕਰਨੀ ਉਹ ਕਰਨੀ ਹੈ, ਇਹ ਵੇਖਣ ਵੀ ਸਾਨੂੰ ਇਹ ਤਰੀਕੇ ਨਾਲ ਚੱਲਣ ਦੇਣਾ ਕਿ ਨਹੀਂ ਚੱਲਣ ਦੇਣਾ। ਅੰਮ੍ਰਿਤਪਾਲ ਤੇ ਵਾਰਸ ਪੰਜਾਬ ਦੇ ਜਥੇਬੰਦੀ ਰਾਜਨੀਤੀ ਚਾਹੂਗੀ, ਜਿਵੇਂ ਮਾਨਸਾ ਰਾਜਨੀਤੀ ਕਰ ਰਹੇ ਨਾਲ, ਸਿੱਖ ਨੀਤੀ ਵੀ ਇਹਨਾਂ ਦੇ ਕੋਲ ਆ। ਨਹੀਂ ਦੇਖੋ ਉਹ ਕਰ ਰਹੇ ਆ ਰਾਜਨੀਤੀ, ਸਾਨੂੰ ਤੁਸੀਂ ਨਾ ਜਿੱਦਾਂ ਸਾਡੀ ਸਾਡਾ ਧਰਮ ਧਾਰਮਿਕ ਰਾਜਨੀਤੀ ਵੱਲ ਧਿਆਨ ਤੇ ਹੈਗਾ, ਅਸੀਂ ਨੌਜਵਾਨਾਂ ਨਾਲ ਕਨੈਕਟ ਕਰਕੇ ਸਾਰਾ ਕੁਝ ਕਰਨਾ ਹੈ, ਪਰ ਜਿਹੜੀ ਰਾਜਨੀਤੀ ਦੀ ਸਪੇਸ ਉਹ ਸਾਡੇ ਕੋਲ ਹੈਗੀ ਹੈ। ਜੇ ਸਾਨੂੰ ਰਾਜਨੀਤੀ ਕਰਨ ਦਾ ਮਨ ਹੋਊਗਾ, ਮੈਂ ਤੇ ਪਰਸਨਲੀ ਨਹੀਂ ਆਉਣਾ ਕਦੇ ਵੀ, ਪਰ ਜੇ ਨੌਜਵਾਨਾਂ ਰਾਜਨੀਤੀ 'ਚ ਆਉਣਾ ਤੇ ਸਾਡੇ ਕੋਲ ਅਕਾਲੀ ਦਲ ਦਾ ਪਲੇਟਫਾਰਮ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ। ਅਕਾਲੀ ਦਲ ਅੰਮ੍ਰਿਤਸਰ ਨੂੰ ਸਪੋਰਟ ਕਰੋਗੇ? ਉਹ ਤੇ ਕਰ ਹੀ ਰਹੇ ਹਾਂ। ਦੇਖੋ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਅੱਜ ਦਾ ਅਕਾਲੀ ਦਲ ਇਹੋ ਹੀ ਹੈ। ਜਿੰਨਾ ਚਿਰ ਇਹ ਅਕਾਲੀ ਦਲ ਅੰਮ੍ਰਿਤਸਰ ਸਿਧਾਂਤ ਤੇ ਕਾਇਮ ਹੈ ਉਹਨਾਂ ਚਿਰ ਅਸੀਂ ਇਹਨਾਂ ਦੀ ਹਿਮਾਇਤ ਕਰਾਂਗੇ, ਜਿੰਨਾ ਚਿਰ ਅਸੀਂ ਸਿਧਾਂਤ ਤੇ ਕਾਇਮ ਉਹਨਾਂ ਚਿਰ ਸਾਡੀ ਹਿਮਾਇਤ ਕਰਨਗੇ। ਇਹ ਤੇ ਸਿਧਾਂਤ ਤੇ ਚੱਲਣਾ ਪੈਣਾ, ਕਿਸੇ ਬੰਦੇ ਨਾਲ ਕੋਈ ਹਿਮਾਇਤ ਨਹੀਂ, ਕਿਸੇ ਬੰਦੇ ਦੀ ਕੋਈ ਵਿਰੋਧਤਾ ਨਹੀਂ। ਸਿਧਾਂਤ ਤੇ ਸਪੋਰਟ ਕਰਾਂਗੇ, ਸਿਧਾਂਤ ਦੇ ਉੱਤੇ ਵਿਰੋਧ ਹੋਊਗਾ ਸਾਡਾ। ਨਿਊਯਾਰਕ ਜਿੱਥੇ ਅਸੈਂਬਲੀ ਦਾ ਸੈਸ਼ਨ ਹੋਣਾ ਯੂਨਾਈਟਿਡ ਨੇਸ਼ਨਸ ਦਾ, ਉੱਥੇ ਵੀ ਕੱਲ੍ਹ ਮਜਾਰਾ ਸਾਰੇ ਸਾਡੇ ਕਨਵੀਨਰ ਸਰਦਾਰ ਬੂਟਾ ਸਿੰਘ ਉਹ ਤੇ ਸਿੱਖ ਕਰ ਰਹੇ ਹੈ ਕਿ ਸਾਨੂੰ ਜਮਹੂਰੀਅਤ ਦਾ ਹੱਕ ਸਾਡਾ ਮਾਰਿਆ ਗਿਆ, ਅਤੇ ਬਰਤਾਨੀਆ ਦੇ ਵਿੱਚ ਵੀ ਹੋ ਰਿਹਾ, ਅਤੇ ਫਰਾਂਸ ਦੇ ਵਿੱਚ ਵੀ ਹੋ ਰਿਹਾ, ਆਸਟ੍ਰੇਲੀਆ ਦੇ ਵਿੱਚ ਵੀ ਹੋ ਰਿਹਾ। ਜਿੱਥੇ ਜਿੱਥੇ ਸਿੱਖ ਅੱਜ ਵੱਸਦੇ ਹੈ ਉਹਨਾਂ ਮੁਲਕਾਂ ਦੇ ਵਿੱਚ ਕੱਲ੍ਹ ਜਮਹੂਰੀਅਤ ਦੇ ਦਿਨ ਦੇ ਵਿੱਚ ਉਹ ਸਾਰੇ ਪ੍ਰੋਟੈਸਟ ਕਰਦੇ। ਵਾਹਿਗੁਰੂ।